ਇੱਥੇ ਜ਼ਰਾ ਚੌਕ ਚ ਆਓ। ਹਾਂਜੀ ਆਪਣਾ ਦੋਸਤੋ ਇੱਕ ਐਵੇਂ ਛੋਟੀ ਜਿਹੀ ਰਿਕੁਐਸਟ ਹੈ, ਡਰਾਮੇ ਵਾਲੀ ਕੁੜੀ ਜਦੋਂ ਆਵੇ ਨਾ ਜ਼ਰਾ ਤਾਲੀਆਂ ਖੁੱਲ ਕੇ ਮਾਰੇ। ਇਹਦੀ ਵਜ੍ਹਾ ਹੈ ਕਿ ਜਿੰਨੀਆਂ ਤਾੜੀਆਂ ਬਹੁਤੀਆਂ ਮਾਰੋਗੇ ਡਾਂਸ ਦੇ ਉਹਨੇ ਸਟੈਪ ਬਹੁਤੇ ਕਰਨਗੇ। ਇਹ ਸ਼ਾਹੀ ਰੋਡ 'ਤੇ ਜਲੰਧਰ ਵਾਲੀ ਨਹੀਂ ਬੈਠੇ, ਉੱਥੇ ਇੱਕ ਬੰਦਾ ਪੂੜੀਆਂ ਕੱਢਣ ਡਿਆ ਸੀ, ਉੱਥੇ ਇੱਕ ਡਰਾਮੇ ਵਾਲੀ ਕੁੜੀ ਨੱਚ ਨੱਚ ਪਾਗਲ ਹੋਈ ਸਮਝੀ ਤਾਲੀਆਂ ਮਾਰਨ ਡਿਆ। ਉਹ ਡੇਢ ਘੰਟੇ ਬਾਅਦ ਬੰਦਾ ਕਹਿੰਦਾ ਬੀਬੀ ਜਾ ਕੰਮ ਕਰ, 50 ਕੰਡੀਆਂ ਸੀ ਤੇਰੇ ਚੱਕੇ 'ਚ 150 ਕੰਡੀਆਂ ਪਈਆਂ। ਆਖਿਆ ਅੱਬਾ ਜੀ ਹਾਂਜੀ ਆ ਕੁੜੀ ਹੈ ਕਿ ਮੂੰਗਫਲੀ ਲੱਤਾਂ ਲਵਾਈ ਹੈ। ਪੁੱਤ ਮੂੰਗਫਲੀ ਛੱਡ, ਚਲਗੋਜ਼ਾ ਤੇਰੇ ਮੂੰਹ 'ਚ ਪਾਵਾਂ। ਅੱਬਾ ਤੇਰਾ ਐਡਾ ਚਲਗੋਜ਼ਾ ਹੁੰਦਾ ਤੇ ਮਾਂ ਮਾਰਦੀ। ਉਹ ਤੇ ਆਈ ਨੂੰ ਮਰੀ। ਨਹੀਂ ਤੇਰੀ ਕੀਤੀ ਨਾਲ ਮਰੀ, ਤਰਸ ਤਰਸ ਵਿਚਾਰੀ ਮਰੀ। ਬਸ ਤੂੰ ਚਾਹਨਾ ਕਿ ਤੇਰੀ ਬਰਾਤ ਨਾ ਜਾਵੇ। ਨਹੀਂ ਅੱਬਾ ਚੱਲ ਯਾਰ, ਹਾਲਾਂਕਿ ਮਹਿਮਾਨ ਵੀ ਆ ਗਏ। ਹਾਂਜੀ ਆ ਵੇਖ ਲੈ, ਮਲਕ ਨਜ਼ੀਰ ਸਾਹਿਬ ਵੀ ਆ ਗਏ, ਸ਼ੇਖ ਸਾਹਿਬ ਵੀ ਆ ਗਏ, ਦੁਸ਼ਾਨ ਸਾਹਿਬ ਵੀ ਆ ਗਏ, ਚੌਲ ਜ਼ਫਰ ਸਾਹਿਬ ਵੀ ਆ ਗਏ। ਇਹ ਤੇਰੇ ਖਾਸ ਮਹਿਮਾਨ ਨੇ। ਠੀਕ ਹੋ ਗਿਆ, ਤੇਰੇ ਉਤੋਂ ਨੋਟ ਵਾਰ ਕੇ ਇਹਨਾਂ ਨੇ ਜੇਬ 'ਚ ਪਾਉਣੇ ਆਪਣੇ। ਸ਼ੁਕਰ ਹੈ ਸ਼ੁਕਰ ਹੈ, ਤੇ ਉਹ ਸਮਝੋ ਤੈਨੂੰ ਦੇਣੇ। ਨਹੀਂ ਨਹੀਂ ਤੇ ਮੈਂ ਇਹਨਾਂ ਨੂੰ ਕਮੀਜ਼ ਆਪਣੀ ਪਵਾ ਦੇਣਾ। ਜਿਹੜੀ ਮਾਲ ਲਿਆਏਗਾ ਉਹ ਪਵਾਈ। ਅੱਛਾ ਅੱਛਾ, ਤੋ ਆਪ ਕੌਣ ਹੈ ਜੀ? ਮੈਂ ਗਾਉਣ ਵਜਾਉਣ ਵਾਲੀ। ਅੱਲਾਹ ਹੈ। ਹਾਂ ਤੂੰ ਹੀ ਗਾਉਂਦੀ? ਹਾਂ ਕੀ ਮਤਲਬ? ਆ ਵੀ ਗਾਉਂਦੀ ਆ? ਇਹਦਾ ਮਤਲਬ ਮੇਰੇ ਵਿਆਹ ਤੇ ਟਰਾਲੀ ਹੀ ਲਵਾਈ ਜੇ ਫਿਰ। ਮਤਲਬ ਆਪ ਗੁਲਕਾਰ ਹੈ? ਮਤਲਬ ਸਿੰਗਰ। ਹਾਂ ਜੀ। ਮਰਾਸਨ ਹੋ? ਏਡੀ ਚਿੱਟੀ ਮਰਾਸਨ? ਗਾਤੀ ਹੋ ਨਾ, ਗਾਣੇ ਵਾਲੀ ਮਰਾਸਨ ਹੀ ਹੋਤੀ ਹੈ। ਹਾਂ ਮੈਂ ਗਾਤੀ ਹੂੰ। ਅੱਛਾ ਲੋ ਅਦਬ ਨਾ ਬਰਾਨੇ ਖਾਨ ਸਾਹਿਬ ਲੋਗੋ ਜੀ। ਅੱਛਾ ਸਬੱਬੋ ਤੁਸੀਂ ਆ ਹੀ ਗਏ ਹੋ। ਹਾਂ ਅੱਬਾ ਜੀ ਸਬੱਬੋ ਤੁਸੀਂ ਆ ਹੀ ਗਏ ਹੋ। ਇਹ ਜਿਹੜੀ ਤੁਹਾਡੀ ਢੋਲਕੀ ਹੁੰਦੀ ਹੈ, ਇਹ ਬੜੀ ਦੇਰ ਤੱਕ ਸਵਾਲ ਮੇਰੇ ਦਿਮਾਗ 'ਚ ਫਸਿਆ, ਇਹ ਜਿਹੜੀ ਤੁਹਾਡੀ ਢੋਲਕੀ ਹੁੰਦੀ ਹੈ ਇਹ ਸਾਈਡਾਂ ਤੋਂ ਚਿੱਟੀ ਹੁੰਦੀ ਹੈ, ਵਿੱਚੋਂ ਕਾਲੀ ਕਿਉਂ ਹੁੰਦੀ ਹੈ? ਵੱਜ ਵੱਜ ਕੇ ਹੀ ਵੱਜ ਵੱਜ ਕੇ ਤੇ ਉੱਥੇ ਨਹੀਂ ਤੁਸੀਂ ਫੇਰ ਲਗਲੀ ਲਾ ਸਕਦੇ ਹੋ? ਇਹ ਕਿਉਂ ਮਸ਼ਵਰਾ ਦੇ ਰਹਾ ਹੈ? ਇਹਨੇ ਚਟਣੀ ਵੀ ਹੁੰਦੀ ਹੈ ਨਾ। ਹਾਂਜੀ ਤੁਸੀਂ ਸ਼ੌਕ ਰੱਖਦੇ ਹੋ? ਨਹੀਂ। ਫਿਰ ਢੋਲਕੀ ਨੂੰ ਕੰਮੀ ਤੁਹਾਡੇ? ਚਲੋ ਇਹ ਤਾਂ ਪਤਾ ਲੱਗਾ ਵੀ ਵੱਜ ਵੱਜ ਕੇ ਕਾਲੀ ਹੁੰਦੀ। ਹਾਂਜੀ ਤੇ ਆਪਣਾ ਗੱਲ ਆ, ਨਾਂ ਕੀ ਤੁਹਾਡਾ? ਲੈਲਾ। ਨਹੀਂ ਨਹੀਂ ਉਹ ਤਾਂ ਜਜ਼ੇਨ ਨਿਗਾਹ ਬਣਿਆ ਆਪਣਾ। ਨਹੀਂ ਨਾਮ ਕੀ ਤੁਹਾਡਾ? ਨਾਮ? ਨਾਮ ਹੈ ਮੇਰਾ ਲੈਲਾ। ਉਹ ਸ਼ੋਅ ਤੋਂ ਬਾਅਦ ਦਾ ਜ਼ੇਨ ਬਣਾਣਾ। ਚਾਚਾ ਜੀ ਮੇਰਾ ਨਾਮ ਹੈ ਲੈਲਾ। ਖਬਰਦਾਰ ਮੇਰੇ ਪਿਓ ਨੂੰ ਚਾਚਾ ਆਖਿਆ। ਓਏ ਖਬਰਦਾਰ, ਇਹ ਉਹ ਚਾਚਾ ਨਹੀਂ, ਇਹ ਸਰਾਇਕੀ ਵਾਲਾ ਚਾਚਾ। ਸਰਾਇਕੀ ਕਹਿੰਦੇ ਚਾਚਾ ਚਾਤ ਰੱਖ, ਪੁੱਤ ਚਾਤ ਰੱਖ। ਅੱਬਾ ਜੀ ਇਹਨੂੰ ਦੱਸ ਦਿਓ ਜਿਵੇਂ ਜਾਨਵਰਾਂ ਦੇ ਵਿੱਚ ਭੈਣ ਭਰਾ ਨਹੀਂ ਨਾ ਹੁੰਦਾ, ਇੰਜ ਕੰਜਰਾਂ 'ਚ ਵੀ ਨਹੀਂ ਹੁੰਦਾ। ਪਤਾ ਨਹੀਂ ਜੀ ਕੰਜਰ ਹੋਗੇ ਤੁਸੀਂ, ਮੈਂ ਤਾਂ ਰਾਜਪੂਤ ਹਾਂ। ਅੱਛਾ ਰਾਜਪੂਤ ਦਾ ਸ਼ੋਰ ਕੀ ਲਾਇਆ ਤੁਸੀਂ ਰਾਜਪੂਤ? ਅੱਛਾ ਇੱਧਰ ਵੀ ਬੈਠੇ ਰਾਜਪੂਤ। ਆਹ ਰਾਜਪੂਤ ਬੰਨਾ ਜਿਹੜਾ ਔਖਾ ਕੰਮ ਹੈ ਭਾਈ, ਕਿਉਂ 10 ਦਿਨ ਟਿਕਾ ਕੇ ਝੂਠ ਬੋਲੋ ਰਾਜਪੂਤਿਆ? ਅੱਛਾ ਤੂੰ ਗੁਲੂਕਾਰ ਆ? ਹਾਂਜੀ। ਤੋ ਆਈ ਕਿ ਦੱਸੇ ਹੈ? ਮੈਂ ਪਿੱਛੋਂ 10 ਚੱਕਦੀ। ਹੈ ਪਿੱਛੋਂ 10 ਚੱਕਦੀ? ਮੁਬਾਰਕ ਹੋਏ ਮੁਬਾਰਕ। ਆ ਯੋ ਮੁਜਾਹਿਦ ਔਰਤ ਕਿਹੜੀ ਜਿਹੜੀ ਪਿੱਛੋਂ 10 ਚੱਕਦੀ? ਆ ਇਹ ਜਿਹੜੀ ਪਿੱਛੋਂ 10 ਚੱਕਦੀ? ਅੱਛਾ ਜੀ। ਹਾਂ ਬਾਡੀ ਤੇ ਨਾ ਬਾਡੀ ਛੋਟੀ ਹੈ, ਮੋਟਰ ਵੱਡੀ ਲੱਗੀ ਹੈ। ਅੱਬਾ ਜੀ 10 ਚੱਕਦੀ? ਹਾਂਜੀ। ਅੱਛਾ ਤੁਸੀਂ ਪਿੱਛੋਂ ਕਿੱਥੇ ਜਾਓ? ਨਹੀਂ ਨਹੀਂ ਮੈਂ ਅੱਗੋਂ 3 ਚੱਕਦਾ। ਮੈਂ ਪੁੱਛਿਆ ਪਿੱਛੋਂ ਕਿੱਥੋਂ ਦੇ ਆਓ? ਪਿੱਛੋਂ ਨਹੀਂ ਮੈਂ ਅੱਗੋਂ 3 ਚੱਕਦਾ ਦੱਸਿਆ ਨਾ। 3 ਚੱਕ ਕਿਹੜਾ? ਆਹ ਦੜੀ ਸੰਗੀ ਦੇ ਨਾਲ ਅਗਲੇ ਪਾਸੇ। ਇਹ ਕੋਈ ਚੌਥੀ 'ਚ ਨਹੀਂ ਪੜ੍ਹਦੇ, ਉਹਨਾਂ ਤਰਜਮਾ ਕਰ ਲਏ ਆ। ਦੜੀ ਸੰਗੀ ਨਹੀਂ ਵੇਖੀ? ਵੇਖੀ ਹੈ। ਅੱਲਾ ਤੈਨੂੰ ਸ਼ਫਾ ਦੇ, ਨਹੀਂ ਤਾਂ ਮੌਤ ਵੱਟ ਤੇ ਪਈ ਹੈ। ਫੇਰ ਵੀ ਆਰਾਮ ਨਾ ਆਵੇ ਤੇ ਬਾਹਰ ਚਲਾ ਜੀ, ਉੱਥੇ ਬਜਰੀ ਦੀ ਢੇਰੀ ਪਈ ਹੈ, ਉੱਥੇ ਘੀਸੀ ਕਰ, ਕੋਈ ਦਾਣਾ ਫਿਰ ਟਾ ਹੀ ਜਾਏਗਾ। ਅੱਬਾ ਜੀ
अब्बा जी तुहाडा कि मिस्त्री वाकफ है क्यों पुत्र हजार मेरे को ले लो हां ते ओदी चरी पूरी बंद करा दियो अच्छा जी तो आप आई हैं 10 चक से हां जी गुलूकारा हैं आप जी देखे कितने मौसस मेहमान आए हुए हैं हाँ। ये देखें पता नहीं कहाँ कहाँ से किस जज्बे के तहत एक होता है ना जज्बा हुबुल वतनी हाँ। अच्छा। ये लेके हैं जज्बा ठरकुल वतनी अच्छा तो जितने ये प्यारे हैं हाँ। अपनी प्यारी सी आवाज में इनको कोई अच्छा सा गाना सुनाए एह जहा सुना के इन्होंने मुंह चो चिग निकल जाए चिग मुंह चो निकलनी चाहिए चल तू जिदा मुंह ना रखे ना उठ ही काट दे चल गाओ वे सोने दे एक मिनट हां दिल्ली होगी आप हमारे लिए मौसस है मेहमान है नहीं नहीं तुम्हारी जगत वड्डी है तुसी खान साहब लोग हो माशाल्लाह माशाल्लाह ये कह रहे से जो दम करते या यक दम करते यक दम वाले आओ जी इनका पता कर लो दम दरूद वाले ने के बम दरूद वाले ने बाद च बस सारी आला दा जी चलो जी गाना सुनाओ वे सोने दे या कंगना सौदा इको जिया चुप है क्या मन्नासा बंद नहीं है की होया भाई गाने ही गलत है क्यों जी ए केड़ा गाना वे सोने दा कंगना सौदा इको जिया अपने ईमान नाल दसो के साडा सौदा ते इना दा सौदा इको जिया तेरे मसमियां दे बूटे साडा केलियां दा मैं क्या अब्बा जी जे तुहां सौदा इको जिया करना है ते अम्मा रा फड़ लिया मैं अच्छा तेरे च बड़ी गंदी हालत है की कदी अम्मा दा फड़न लग पैना कदा प्यो दा फड़न लग पैना आज गांदा रहना मैं अगे अगे हां वे सोने दे आ कंगना सौदा इको जिया अगे अगे थले उतर जावा थले ना उतरी हां ई ते तीन दिन ना गोश्त खादा ते गोश्त भी खादा पुठ दा अच्छा जेड़ा मिंट बाद उठदा साडे घर भी फ्रिज डोंगा भरिया पे है अच्छा हां जी क्यों वो बा खांदा बड़े शौक ना कोई और गाना सुनाओ जी दिल तो पागल है तो घड़ियां रोके चुप कर जाओ नहीं इंज नहीं क्यों इंज गा के दिल तो पागल है दो कड़ियां रोके चुप कर जाओ जिथे सारी दुनिया वड़ गई आ चाचा भी वड़ उड़ जाओ मेरे पैसे वापस कर दे मेरा नहीं इरादा तू कुड़िए कमजोर बड़ी है मेरा वजन ज्यादा जे मैं तेरे उत्ते बह गया तू बेचारी मर मुर जाऊं उस कंजर दा की ए 500 लेके चुप कर जाओ अब्बा ते गल है तू मैं चंगा नहीं कर औरत जात है इदे सामने औरत दी इज्जत करनी चाहिए थी बदतमीजी कर रहे हो औरत दी इज्जत करोगे ते औरत इज्जत देगी जे हां नहीं गल तो ठीक है और कोई गाना नहीं और नहीं वैसे आपके होंठ बड़े प्यारे हैं थैंक यू सो मच मुंह वाले नहीं अच्छा वो बाहर जो तस्वीर है वो वाले होंठ अच्छा आपके होंठ ऐसे हैं प्यार चुम्मी जैसा मुंह है जी वाह इन होंठों तो काम ला की काम लवा सब्जी मंडी चली जा की कर अंबा का सीजन आने वाला हां अंबा दी पेटियां ते मोहरा ला के 400 लंगड़ा अनवल टोल अंब ते जे लेट केलिया का सीजन चल रहा है बोलना नहीं सिर मैं बड़ी मासूम हां कौन मैं हां बड़ी मासूम जी अब्बा जी हां अपने बंदे ना बैठी फिल्म भी देखे ते दा बंदा दा जानू जी मैं ए करण दे ने असी भी करिए अगो शर्मा के नहीं कार ते लांगी बाकी ते चार बंदे किथों ले आओगे अच्छा माशाल्लाह आप हैं प्यारी जी थैंक यू आपके बाल बड़े प्यारे थैंक यू सारे हैं मैंने ओह
ਮਤਲਬ ਐਬਰ ਬਰੋਜ਼ ਵੀ ਹਾਂ ਹਾਂ ਕਿੱਥੋਂ ਕਟਾਉਣੀ ਹੈ ਪਾਰਲਰ ਚੋਂ ਕਿੰਨੇ ਪੈਸੇ ਲੱਗਦੇ 10,000 ਵਾਲ ਕਟਾਉਣ ਤੇ ਹਾਂ 10,000 ਰੁਪਇਆ ਹਾਂ ਵਾਲ ਕਟਾਉਣ ਤੇ ਹਾਂ ਸਾਡਾ ਬੰਦਿਆਂ ਦਾ ਟਗਾ ਨਹੀਂ ਲੱਗਦਾ ਕਿਉਂ ਨਹੀਂ ਅਸੀਂ ਚਾਰ ਦੋਸਤ ਆਪਸ ਚ ਬਹਿਨੇ ਆ ਵਿੱਚੋਂ ਕੋਈ ਗੱਲ ਨਹੀਂ ਅਸੀਂ ਕਰਦਾ ਸੜ ਸੁੜ ਜਾਂਦੇ ਉਹ ਕਹਿੰਦੇ ਨਾ ਤੂੰ ਤੇ ਗੱਲ ਕਰਕੇ ਮੇਰੀਆਂ ਆਪਣਾ ਕਲਮਾ ਕਲਮਾ ਸਾੜਦੀ ਅੱਛਾ ਹਾਂਜੀ ਇਹ ਕਿਆ ਨਥਲੀ ਹੈਂ ਨਥਲੀ ਨੱਕ ਚ ਪਈ ਹਾਂ ਪਾਗਲ ਹੈ ਕਿਉਂ ਜੀ ਕਿਉਂ ਅੰਗਰੇਜ਼ੀ ਫਿਲਮਾਂ ਵੇਖ ਤੈਨੂੰ ਪਤਾ ਲੱਗੇ ਕਿੱਥੇ ਪੈਂਦੀ ਹਾਂ ਉਹ ਨਾ ਪਾਉਂਦੀਆਂ ਕੰਨ ਚ ਹਾਂ ਨਾ ਨੱਕ ਚ ਹਾਂ ਨਾ ਤੁੰਨੀ ਚ ਡਾਇਰੈਕਟ ਮੁੰਨੀ ਚ ਮੁੰਨੀ ਕਿਹੜੀ ਹੈਂ ਮੁੰਨੀ ਕਿਹੜੀ ਉਹ ਨਹੀਂ ਮੁੰਨੀ ਬਦਨਾਮ ਹੋਈ ਡਾਲਿਕ ਤੇ ਤੇ ਹਾਏ ਇਹ ਕੀ ਹੈ ਛਤਰੀ ਹੈ ਛਤਰੀ ਬਾਰਿਸ਼ ਪੈ ਪਨਾਹ ਮਿਲ ਜੇਗੀ ਨਹੀਂ ਕਿਉਂ ਚੋਂਦੀ ਹੈ ਚੋਂਦੀ ਹੈ ਕੋਈ ਟੈਨਸ਼ਨ ਨਹੀਂ ਕਿਉਂ ਮੈਂ ਰਹੀ ਮਿਆਰ ਖਾਂ ਦਾ ਹਾਂ ਜਿੱਥੋਂ ਚੋਂਦੀ ਉੱਥੋਂ ਉਂਗਲ ਤੋਂ ਲਾਂਗੇ ਅੱਬਾ ਉਂਗਲ ਨਾ ਤੂੰ ਨਹੀਂ ਕਿਉਂ ਫਿਰ ਉਂਜੀ ਤੂੰ ਰੋਟੀ ਖਾਣ ਲੱਗ ਪੈਂਦਾ ਤੂੰ ਸ਼ੁਕਰ ਕਰ ਪਹਿਲੀ ਗੁਰਕੀ ਤੇਰੇ ਮੂੰਹ ਚ ਪਾਉਣਾ ਤਾਂ ਹੀ ਤਾਂ ਮੈਨੂੰ ਸਿਆਪਾ ਪਏ ਆ अच्छा जी आपको फंक्शन यहाँ मिलेगा हाँ जी डांस भी होता है साहब जी बिल्कुल हैं हाँ जी नाचती क्यों पैसों के लिए कर्जा है सर पे बहुत ज्यादा कितना 10 करोड़ 10 करोड़ कर्जा तुम्हारी हर जरूरत पूरी करूंगा है कर्जा कितना 10 करोड़ अच्छा 10 करोड़ हाँ ना चला फिर साल को होर ਆਹੋ ਇੰਨੇ ਪੈਸੇ ਕਿਤੋਂ ਮਾਂ ਦਾ ਗੁਰਦਾ ਵੇਚ ਕੇ ਲਿਆਵਾਂ 10 ਕਰੋੜ ਤੋਂ 5-5 ਹਜ਼ਾਰ ਵਾਲੇ ਨੋਟਾਂ ਦਾ ਆਮਲੇਟ ਖਾਂਦੀ ਰਹੀ ਇੰਨਾ ਕਰਦਾ ਰੱਖਿਆ ਗੱਡੀ ਲੈਣੀ ਹੈ ਗੱਡੀ ਓਡੀ ਕਿਹੜੀ ਓਡੀ ਓਡੀ ਆਸਤੇ ਏਡੀ ਹੋ ਜਾਂਦੀ ਹਾਂਜੀ ਗੱਡੀ ਲੈਣੀ ਹੈ ਓਡੀ ਰੱਖਿਆ ਵਾਲੇ ਨੂੰ ਆਂਦੀ ਨੂਰ ਮਹਿਲ ਜਾਣਾ ਕੀ ਲਏਗਾ ਰੱਖਿਆ ਵਾਲਾ ਵੇਖ ਕੇ ਆਂਦਾ ਬੀਬੀ ਤੇ ਕੋ ਕਰਾਇਆ ਚਲੋ ਆਪ ਅੰਦਰ ਬੈਠੋ ਫੰਕਸ਼ਨ ਮੇਰਾ ਹੁਆ ਹਾਂ ਅੱਬਾ ਇਤੇ ਦਾ ਮਤਲਬ ਪੂਰੇ ਜਸ਼ਨ ਹੋਣ ਗਏ ਫੁੱਲ ਹਾਏ ਹਾਏ ਤੈਨੂੰ ਚਾਹ ਪੂਰੇ ਚੜੇ ਨੇ ਭਾਵੇਂ ਗੋਲੀ ਦਾ ਹੱਥ ਨੂੰ ਫੁੱਕ ਜੇ ਤੂੰ ਜਾ